ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਕਾਮਰਸ ਸਟ੍ਰੀਮ ਵਿੱਚ ਲੁਧਿਆਣਾ ਦੇ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਰਬਜੋਤ ਸਿੰਘ ਨੇ 450 ਵਿੱਚੋਂ 445 ਨੰਬਰਾਂ ਨਾਲ 98.89 ਫੀਸਦੀ ਨੰਬਰ ਹਾਸਲ ਕਰਕੇ ਰਾਜ ਭਰ ਵਿੱਚ ਟਾਪ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨਾਲ ਮਿਲ ਕੇ ਢੋਲ ਦੀ ਥਾਪ ਤੇ ਜਸ਼ਨ ਮਨਾਇਆ ਗਿਆ। ਸਰਬਜੋਤ ਸਿੰਘ ਨੇ ਆਪਣੀ ਇਸ ਕਾਮਯਾਬੀ ਲਈ ਆਪਣੇ ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਕ੍ਰੈਡਿਟ ਦਿੱਤਾ ਹੈ। ਕਾਫੀ ਜ਼ਿਆਦਾ ਖੁਸ਼ੀ ਹੈ, ਕਾਫੀ ਜ਼ਿਆਦਾ ਵਧੀਆ ਮਹਿਸੂਸ ਕਰ ਰਹੀ ਹਾਂ। ਜੇਕਰ ਗੱਲ ਕੀਤੀ ਜਾਵੇ ਅੱਗੇ ਕੀ ਏਮ ਲੈ ਕੇ ਚੱਲੇ? ਸਰ ਅੱਗੇ ਬਿਜ਼ਨਸ ਮੈਨੇਜਮੈਂਟ ਦੇ ਲਾਈਨ ਦੇ ਵਿੱਚ ਜਾਣ ਦਾ ਹੈ। ਇਸ ਦਾ ਸਿਹਰਾ ਕਿਸ ਨੂੰ ਦਿੰਦੇ? ਸਿਹਰਾ ਸਾਰੇ ਟੀਚਰਸ ਨੂੰ ਤੇ ਪੇਰੈਂਟਸ ਨੂੰ ਹੈਗਾ ਜਿਨ੍ਹਾਂ ਨੇ ਮੋਟੀਵੇਟ ਕੀਤਾ ਵਾ। ਜੇਕਰ ਗੱਲ ਕੀਤੀ ਜਾਵੇ ਅੱਜ ਸਕੂਲ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲਦੀ ਆ, ਤੁਹਾਡੇ ਨਾਮ ਤੇ ਅੱਜ ਕਾਫੀ ਚਰਚਾ ਹੋਈ ਆ ਸਾਰੇ ਸਕੂਲ ਦੇ ਵਿੱਚ, ਦੇਖਿਆ ਜਾਵੇ ਖੁਸ਼ੀ ਆ ਕੀ? ਬੱਚਿਆਂ ਨੂੰ ਕੀ ਅਵੇਅਰ ਕਰਨਾ ਚਾਹੁੰਦੇ? ਬੱਚਿਆਂ ਨੂੰ ਇਹ ਵੀ ਇਸ ਤਰ੍ਹਾਂ ਹੋਰ ਮਿਹਨਤ ਕਰਦੇ ਰਹਿਣ ਤੇ ਅੱਗੇ ਜਾ ਕੇ ਹੋਰ ਨੰਬਰ ਲੈਣ। ਨਾਮ ਮਨਜੀਤ ਕੌਰ। ਬੱਚੇ ਨੇ ਤੁਹਾਡੇ ਨਾਲ ਟੌਪ ਕੀਤਾ ਪੰਜਾਬ ਦੇ ਵਿੱਚ, ਪੋਜੀਸ਼ਨ ਹਾਸਲ ਕੀਤੀ। ਬਹੁਤ ਖੁਸ਼ੀ ਮੈਨੂੰ ਮਹਿਸੂਸ ਹੋ ਰਹੀ ਆ ਤੇ ਮੈਂ ਕਹਿੰਦੀ ਹਾਂ ਇੱਦਾਂ ਹੀ ਰੱਬ ਨੂੰ ਹੋਰ ਤਰੱਕੀਆਂ ਦਿੰਦਾ ਰਹੇ ਤੇ ਸਾਡਾ ਨਾਮ ਤੇ ਪਰਿਵਾਰ ਦਾ ਨਾਮ ਰੋਸ਼ਨ ਕਰਦਾ ਰਹੇ। ਜੇਕਰ ਗੱਲ ਕੀਤੀ ਜਾਵੇ ਬੱਚੇ ਦਾ ਇਹ ਮੈਂ ਕਿ ਬਿਜ਼ਨਸ ਮੈਨ ਬਣ। ਹਾਂਜੀ ਹਾਂਜੀ। ਮੈਂ ਕਹਿ ਰਹੀ ਕਿ ਮੈਂ ਇਹ ਕਹੂੰਗੀ ਬੱਚਾ ਜੋ ਚਾਹੁੰਦਾ ਆ ਉਹ ਆਪਣੀ ਫੀਲਡ 'ਤੇ ਅੱਗੇ ਵਧੇ, ਮੈਂ ਕਿਸੇ ਦਬਾਅ ਨਹੀਂ ਕੋਈ, ਬੱਚਾ ਜਿਹੜੀ ਲਾਈਨ ਚੂਜ਼ ਕਰੂਗਾ ਆਪਾਂ ਉਹਨੂੰ ਅੱਗੇ। ਸਕੂਲ ਦੇ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ 36 ਸਾਲਾਂ ਬਾਅਦ ਉਹਨਾਂ ਦੇ ਸਕੂਲ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ। ਬਹੁਤ ਖੁਸ਼ੀ ਹੋਈ ਹੈ, ਇਹਦਾ ਵਰਣਨ ਨਹੀਂ ਕੀਤਾ ਸਾ। 36 ਸਾਲ ਹੋ ਗਏ ਸਕੂਲ ਚੱਲਦੇ ਨੂੰ, ਅਸੀਂ ਫਸਟ ਦੇ ਨੇੜੇ ਤੇੜੇ ਫਿਰਦੇ ਸੀ, ਕਦੇ ਸਾਡੀ ਪੋਜੀਸ਼ਨ ਚੌਥੀ ਆਉਂਦੀ ਸੀ ਕਦੇ ਪੰਜਵੀਂ, ਇਹ ਫਸਟ ਟਾਈਮ ਆ ਵੀ 36 ਸਾਲ ਸਾਡਾ ਬੱਚਾ ਪੰਜਾਬ ਸਾਲ। ਬੇਅੰਤ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ। ਬੱਚਾ ਅੱਤ ਸੀਰੀਅਸ ਸੀਗਾ ਅਤੇ ਮਿਡੀਓਕਰ ਫੈਮਿਲੀ ਨੂੰ ਬਿਲੋਂਗ ਕਰਦਾ ਸੀ, ਇਸ ਬੱਚੇ ਨੂੰ ਜਦੋਂ ਵੀ ਕਿਸੇ ਚੀਜ਼ ਦੀ ਕੋਈ ਲੋੜ ਪਈ ਉਹਦੀ ਹੈਲਪ ਕੀਤੀ ਗਈ ਉਹਨੇ, ਬੱਚੇ ਨੇ ਜਦੋਂ ਵੀ ਕੋਈ ਮੰਗ ਕੀਤੀ, ਹੱਸਦਾ ਨਹੀਂ ਸੀ ਬੱਚਾ, ਬਿਲਕੁਲ ਸੀਰੀਅਸ ਸੀਗਾ ਬੱਚਾ। ਜਿੰਨੀ ਵੀ ਮੰਗੂਗਾ ਉਨੀ ਸਪੋਰਟ ਕਰਾਂਗੇ, ਇਹੋ ਜਿਹੇ ਬੱਚੇ ਦਾ ਜਿੰਨੀ ਵੀ ਹੋ ਜਾਵੇ ਉਨੀ ਥੋੜ੍ਹੀ ਆ, ਇਹ ਨੇਕੀ ਹੈ ਇਹੋ ਜਿਹੇ ਬੱਚੇ ਦੀ ਸਪੋਰਟ ਕਰਨੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।